ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਜਿਸ ਦੇ ਨਾਲ ਗੋਵਿੰਦਾ ਜ਼ਖਮੀ ਹੋ ਜਾਂਦੇ ਨੇ ਮਿਲੀ ਜਾਣਕਾਰੀ ਅਨੁਸਾਰ ਇਹ ਲਾਇਸੈਂਸੀ ਰਿਵਾਲਵਰ ਸੀ ਜਿਸ ਦੇ ਵਿੱਚੋਂ ਗੋਲੀ ਚੱਲੀ ਸੀ ਤਾਂ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਅਚਾਨਕ ਗਲਤੀ ਦੇ ਨਾਲ ਚੱਲਦੀ ਹੈ ਜੋ ਕਿ ਅਦਾਕਾਰ ਗੋਵਿੰਦਾ ਤੇ ਸਿੱਧਾ ਪੈਰ ਤੇ ਜਾ ਲੱਗਦੀ ਹੈ ਜਿਸ ਤੋਂ ਬਾਅਦ ਇਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਤੁਰੰਤ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਅਦਾਕਾਰ ਗੋਵਿੰਦਾ ਜਿਨ੍ਹਾਂ ਦੇ ਕਿ ਪੈਰ ਤੇ ਗੋਲੀ ਲੱਗ ਗਈ ਆ ਤਾਂ ਲਾਇਸੈਂਸੀ ਰਿਵੋਲਵਰ ਸੀ ਗਲਤੀ ਦੇ ਨਾਲ ਇਹ ਗੋਲੀ ਚੱਲੀ ਤਾਂ ਸਾਫ਼ ਕਰ ਰਹੇ ਸੀ ਜਿਸ ਦੌਰਾਨ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਉਹਨਾਂ ਦੇ ਪੈਰ ਦੇ ਵਿੱਚ ਜਾ ਲੱਗਦੀ ਹੈ ਤਾਂ ਜ਼ਖਮੀ ਹੋਏ ਨੇ ਉਹਨਾਂ ਦੇ ਪੈਰ ਤੇ ਗੋਲੀ ਲੱਗਦੀ ਹੈ ਜਿਸ ਕਰਕੇ ਕਾਫ਼ੀ ਖੂਨ ਵੀ ਵਗ ਜਾਂਦਾ ਹੈ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਲਾਇਸੈਂਸੀ ਰਿਵੋਲਵਰ ਸੀ ਤੇ ਉਸਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਗੋਵਿੰਦਾ ਦੇ ਪੈਰ ਤੇ ਜਾ ਲੱਗਦੀ ਹੈ। ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਜਿਸ ਦੇ ਨਾਲ ਗੋਵਿੰਦਾ ਜ਼ਖਮੀ ਹੋ ਜਾਂਦੇ ਨੇ ਮਿਲੀ ਜਾਣਕਾਰੀ ਅਨੁਸਾਰ ਇਹ ਲਾਇਸੈਂਸੀ ਰਿਵੋਲਵਰ ਸੀ ਜਿਸ ਦੇ ਵਿੱਚੋਂ ਗੋਲੀ ਚੱਲੀ ਸੀ ਤਾਂ ਰਿਵੋਲਵਰ ਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਅਚਾਨਕ ਗਲਤੀ ਦੇ ਨਾਲ ਚੱਲਦੀ ਹੈ ਜੋ ਕਿ ਅਦਾਕਾਰ ਗੋਵਿੰਦਾ ਤੇ ਸਿੱਧਾ ਪੈਰ ਤੇ ਜਾ ਲੱਗਦੀ ਹੈ ਜਿਸ ਤੋਂ ਬਾਅਦ ਇਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਤੁਰੰਤ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਅਦਾਕਾਰ ਗੋਵਿੰਦਾ ਜਿਨ੍ਹਾਂ ਦੇ ਕਿ ਪੈਰ ਤੇ ਗੋਲੀ ਲੱਗ ਗਈ ਆ ਤਾਂ ਲਾਇਸੈਂਸੀ ਰਿਵੋਲਵਰ ਸੀ ਗਲਤੀ ਦੇ ਨਾਲ ਇਹ ਗੋਲੀ ਚੱਲੀ ਤਾਂ ਸਾਫ਼ ਕਰ ਰਹੇ ਸੀ ਜਿਸ ਦੌਰਾਨ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਉਹਨਾਂ ਦੇ ਪੈਰ ਦੇ ਵਿੱਚ ਜਾ ਲੱਗਦੀ ਹੈ ਤਾਂ ਜ਼ਖਮੀ ਹੋਏ ਨੇ ਉਹਨਾਂ ਦੇ ਪੈਰ ਤੇ ਗੋਲੀ ਲੱਗਦੀ ਹੈ ਜਿਸ ਕਰਕੇ ਕਾਫ਼ੀ ਖੂਨ ਵੀ ਵਗ ਜਾਂਦਾ ਹੈ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਲਾਇਸੈਂਸੀ ਰਿਵੋਲਵਰ ਸੀ ਤੇ ਉਸਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਗੋਵਿੰਦਾ ਦੇ ਪੈਰ ਤੇ ਜਾ ਲੱਗਦੀ ਹੈ। ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਜਿਸ ਦੇ ਨਾਲ ਗੋਵਿੰਦਾ ਜ਼ਖਮੀ ਹੋ ਜਾਂਦੇ ਨੇ ਮਿਲੀ ਜਾਣਕਾਰੀ ਅਨੁਸਾਰ ਇਹ ਲਾਇਸੈਂਸੀ ਰਿਵੋਲਵਰ ਸੀ ਜਿਸ ਦੇ ਵਿੱਚੋਂ ਗੋਲੀ ਚੱਲੀ ਸੀ ਤਾਂ ਰਿਵੋਲਵਰ ਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਅਚਾਨਕ ਗਲਤੀ ਦੇ ਨਾਲ ਚੱਲਦੀ ਹੈ ਜੋ ਕਿ ਅਦਾਕਾਰ ਗੋਵਿੰਦਾ ਤੇ ਸਿੱਧਾ ਪੈਰ ਤੇ ਜਾ ਲੱਗਦੀ ਹੈ ਜਿਸ ਤੋਂ ਬਾਅਦ ਇਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਤੁਰੰਤ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਅਦਾਕਾਰ ਗੋਵਿੰਦਾ ਜਿਨ੍ਹਾਂ ਦੇ ਕਿ ਪੈਰ ਤੇ ਗੋਲੀ ਲੱਗ ਗਈ ਆ ਤਾਂ ਲਾਇਸੈਂਸੀ ਰਿਵੋਲਵਰ ਸੀ ਗਲਤੀ ਦੇ ਨਾਲ ਇਹ ਗੋਲੀ ਚੱਲੀ ਤਾਂ ਸਾਫ਼ ਕਰ ਰਹੇ ਸੀ ਜਿਸ ਦੌਰਾਨ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਉਹਨਾਂ ਦੇ ਪੈਰ ਦੇ ਵਿੱਚ ਜਾ ਲੱਗਦੀ ਹੈ ਤਾਂ ਜ਼ਖਮੀ ਹੋਏ ਨੇ ਉਹਨਾਂ ਦੇ ਪੈਰ ਤੇ ਗੋਲੀ ਲੱਗਦੀ ਹੈ ਜਿਸ ਕਰਕੇ ਕਾਫ਼ੀ ਖੂਨ ਵੀ ਵਗ ਜਾਂਦਾ ਹੈ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਗਲਤੀ ਦੇ ਨਾਲ ਇਹ ਗੋਲੀ ਚੱਲੀ ਸੀ ਲਾਇਸੈਂਸੀ ਰਿਵੋਲਵਰ ਸੀ ਤੇ ਉਸਨੂੰ ਸਾਫ਼ ਕਰਦੇ ਸਮੇਂ ਇਹ ਗੋਲੀ ਚੱਲ ਜਾਂਦੀ ਹੈ ਜੋ ਕਿ ਸਿੱਧਾ ਗੋਵਿੰਦਾ ਦੇ ਪੈਰ ਤੇ ਜਾ ਲੱਗਦੀ ਹੈ। नमस्कार प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद प्रणाम। नमस्कार प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद प्रणाम। नमस्कार प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ
यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद, प्रणाम। नमस्कार, प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद, प्रणाम। नमस्कार, प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद, प्रणाम। नमस्कार, प्रणाम, मैं हूँ गोविंदा। आप सब लोगों के आशीर्वाद और माँ बाप का आशीर्वाद और गुरु की कृपा के वजह से गोली लगी थी पर वो निकाल दी गई है। मैं धन्यवाद देता हूँ यहाँ के डॉक्टर का, आदरणीय डॉक्टर अग्रवाल जी का, और आप सब लोगों की प्रार्थनाएं जो है, आप लोग का धन्यवाद, प्रणाम।